ਗਲੀ ਜਾਂਦੀ ਆ ਉੱਪਰ ਉਹ ਉੱਥੇ ਗਲੇ 'ਤੇ ਉੱਦਾਂ ਤਾਂ ਉਹ ਲਿਫਟ ਵਾਲਾ ਸਿਸਟਮ ਹੀ ਹੈਗਾ ਵਾ, ਪਰ ਤੁਰ ਕੇ ਵੀ ਜਾ ਸਕਦੇ ਹਾਂ। ਮੁੰਡਾ ਕਹਿੰਦਾ ਤੁਰ ਕੇ ਚੱਲਦੇ ਹਾਂ। ਸੋ ਬਰਗਰ ਖਾਧਾ ਜਿਹੜਾ, ਦੋ ਕੌਫੀਆਂ ਪੀਤੀਆਂ ਮਿੱਠਾ, ਉਹਨੂੰ ਹਜ਼ਮ ਕਰਦੇ ਹਾਂ। ਕਾਰਾਂ ਵੀ ਆ ਜਾਂਦੀਆਂ ਉੱਪਰ, ਬਟ ਬਾਹਰਲੀ ਸਾਈਡ ਤੋਂ ਆਉਂਦੀਆਂ। ਇਹਦੇ ਲੋਕ ਤੇਰੀ ਪੱਗਰ ਵੇਖ ਕੇ ਹੱਸਦੇ ਹੈ ਨਾ ਵੀ ਇਹਨੇ ਪਤਾ ਨਹੀਂ ਕੀ ਵੱਖਰਾ, ਹੈ ਨਾ। ਸੋ ਹੁਣ ਸਮਥਿੰਗ ਨਿਊ ਹੁੰਦਾ ਹੀ ਆ ਬੰਦੇ ਨੂੰ, ਹੈ ਨਾ। ਕਈ ਵਾਰੀ ਆਪਣੇ ਆਪ ਨੂੰ ਬੰਦਾ ਅੱਛਾ ਅੱਛਾ 12 ਯੂਰੋ ਟਿਕਟ ਆਈ ਦੀ ਪਰ ਪਰਸਨ, ਇੱਥੋਂ ਲੈਂਦੇ ਹਾਂ ਮਿਲ ਜੇ। ਜਿਹੜਾ ਮੇਰਾ ਪਹਿਲਾ ਕੰਮ ਹੁੰਦਾ ਕਿਤੇ ਵੀ ਜਾ ਕੇ ਕੰਧਾਂ ਚੈੱਕ ਕਰਨੀਆਂ, ਹੈਂ ਉੱਦਾਂ ਤਾਂ ਹੋਣਾ ਸੀਮੈਂਟ ਜਿਹਾ ਦੇਣਾ ਬਾਅਦ 'ਚ ਲਾਇਆ ਹੋਣਾ, ਪਹਿਲਾਂ ਆਈ ਥਿੰਕ ਮਿੱਟੀ ਹੋਣੀ ਹੈ ਨਾ। ਹਾਂ ਉਹ ਤਾਂ ਇੱਦਾਂ ਹੀ ਆ ਫਿਰ ਯੂਰਪ ਦੇ ਵਿੱਚ ਤਕਰੀਬਨ ਪੁਰਾਣੀਆਂ ਆਰਮਰ ਹੈ। ਕਿਆ ਸੋਹਣਾ, ਲੜਨਾ ਕਿਹੜਾ ਸੌਖਾ ਹੈ ਨਾ, ਪਰ ਇਹ ਆ ਵੀ ਬਿਊਟੀਫੁਲ ਯਾਰ। ਹਾਂ ਜਿਹੜੇ ਨਾਈਟਸ ਹੁੰਦੇ ਸੀ ਨਾ, ਨਾਈਟਸ ਐਂਡ ਲੀਟ ਵਾਰੀਅਰਸ, ਜਿਹੜੇ ਨਾਈਟਸ ਹੁੰਦੇ ਸੀ ਉਹ ਸੁਪਰੀਮ ਹੁੰਦੇ ਸੀ ਨਾ, ਘੈਂਟ ਫਾਈਟਰ ਜਿਹੜੇ ਹੁੰਦੇ ਸੀ। ਬੜਾ ਔਖਾ ਲੜਨਾ ਵੀ ਉਦੋਂ, ਹੈ ਨਾ, ਸੂਟ ਪਾ ਕੇ ਸਾਰਾ ਹੀ ਪ੍ਰੋਟੈਕਟਡ ਆ, ਥੱਲਿਓਂ ਲੈ ਕੇ ਅੱਖਾਂ ਹੀ ਆ ਬਸ ਨੰਗੀਆਂ, ਹੈ ਨਾ, ਜਿੱਥੋਂ ਵੇਖ ਸਕੇ ਨਾ ਨਾ ਤੀਰ ਵੱਜੇ। ਹਾਂ ਹਾਂ ਉਹ ਵੱਡੇ ਵੁੱਡੇ ਆਉਂਦੇ ਨੇ, ਜਿੱਦਾਂ ਆਪਣੇ ਨੇ ਜੁੱਤੀ ਪਾ ਕੇ ਬਾਅਦ 'ਚ ਗਿੱਝ ਨਹੀਂ ਜਾਂਦਾ ਬੰਦਾ, ਪਹਿਲਾਂ ਪੈਰ ਵੱਢਦੀ ਆ ਬਾਅਦ 'ਚ ਗਿੱਝ ਜਾਂਦਾ, ਹੈ ਨਾ। ਉਹੋ ਹੀ ਨਾ, ਹੰਟਿੰਗ ਵਾਸਤੇ ਵੀ ਕੰਮ ਆਉਂਦਾ ਸੀ ਅਤੇ ਲੜਾਈ ਦੇ ਵਿੱਚ ਵੀ, ਇੱਕ ਹੰਟ ਇੱਕ ਲੌਂਗ ਬੋ ਅਤੇ ਕ੍ਰੋਸ ਬੋ, ਹੈ ਨਾ। ਹੁਣ ਇਹ ਨਹੀਂ ਆਵੇ ਨਾ, ਇਹਦੇ ਇਹਦੇ ਛੋਟੇ ਛੋਟੇ ਜੀ ਆ ਬਹੁਤੇ ਨਾ, ਉਹਦੇ 'ਚ ਆਪਾਂ ਵੇਖੇ ਹੀ ਆ ਜਿਹੜਾ ਕੀ ਆ ਕਿਹੜੀ ਉਹ ਜਿਹੜੀ ਸੀਰੀਜ਼ ਬੜੀ ਮਸ਼ਹੂਰ ਆ ਜਿਹੜੀ ਸਾਰਿਆਂ ਨੇ ਦੇਖੀ ਆ। ਇਹ ਆ ਗਏ ਜੀ ਨੇਜੇ ਨੂਜੇ, ਹੈਂ ਸਪੀਅਰ ਹਾਲਬਰਡ ਐਂਡ ਵਾਰ ਹੈਮਰ। ਆਪਾਂ ਐਵੇਂ ਉੱਥੇ ਥੱਲੇ ਟਿਕਟ ਦਿੱਤੀ, ਆਪਾਂ ਤਿਰਤਾ ਟਿਕਟ ਲਾ ਦੇਣੀ ਸੀ। ਲੋਕ ਸਾਰੇ ਇੱਕ ਤੇਰੇ ਵੱਲ ਵੇਂਦਾ ਨਾ, ਦੂਸਰਾ ਉਹਨੂੰ ਕੁਣੀ ਮਾਰ ਕੇ ਕਹਿੰਦਾ ਵਾ ਉਹਦੇ ਲਵੇ, ਤੈਨੂੰ ਲੋੜ ਹੀ ਨਹੀਂ, ਤੈਨੂੰ ਕੰਮ ਕਰਦੀ ਤੂੰ ਆਪਣੇ ਟਿਕਟ ਤੋਂ, ਮੈਂ ਦੱਸਦਾ ਕੀ ਮੈਂ ਸਿਰ ਤੇ ਬੰਨਿਆ ਵਾ ਅਤੇ ਕਿੱਦਾਂ ਬੰਨੀ ਦਾ ਇਹ ਹੈ। ਹਾਂ ਨਹੀਂ ਨਹੀਂ ਵਧੀਆ ਗੱਲ ਆ, ਠੀਕ ਹੈ ਚਲੋ, ਹੈ ਨਾ। ਕਈ ਲੋਕ ਫਿਰ ਮੇਰੇ ਵਰਗੇ ਹੁੰਦੇ ਆ ਜਿਹੜੇ ਹੀਣ ਭਾਵਨਾ 'ਚ, ਇੱਥੇ ਸਾਨੂੰ ਹੋਟਲ ਲੈਣ ਦੀ ਦਿੱਕਤ ਪਤਾ ਕੀ, ਸਾਨੂੰ ਕਲੀਨ ਸ਼ੇਵ ਰਹਿਣਾ ਪੈਂਦਾ, ਇਹ ਮਜਬੂਰੀ ਹੈ ਸਾਡੀ ਥੋੜ੍ਹੀ। ਅੱਛਾ ਕੀ ਕਹਿੰਦੇ ਉਹ ਸ਼ੇਵ ਕਰੋ ਸੇਫਟੀ ਵਾਸਤੇ? ਅੱਛਾ ਇਹ ਯਾਰ ਫਿਰ, ਹਾਂ ਇਹ ਪਰੇਸ਼ਾਨੀਆਂ ਯੂਰਪ ਦੀਆਂ ਹੋਈਆਂ ਦੂਰ ਦਰਾਡ ਕੰਟਰੀਆਂ 'ਚ, ਕਿਉਂਕਿ ਉਹ ਸਮਝਦੇ ਨਹੀਂ ਨਾ ਅਜੇ, ਹੌਲੀ ਹੌਲੀ ਸਮਝ ਜਾਂਦੇ। ਹਾਂ ਜਿੱਦਾਂ ਇਹ ਚੀਜ਼ਾਂ ਕੈਨੇਡਾ ਜਾਂ ਇੰਗਲੈਂਡ ਜਾਂ ਈਵਨ ਯੂ ਐੱਸ ਏ 'ਚ ਨੋਰਮਲ ਹੋ ਚੁੱਕੀਆਂ ਉਹਨਾਂ ਨੂੰ ਪਤਾ, ਹੈ ਨਾ, ਅਜੇ ਇਹਨਾਂ ਨੂੰ ਅਜੇ ਪੂਰਾ ਨਹੀਂ ਪਤਾ। ਹੱਡੀਆਂ ਲੱਭੀਆਂ ਕੀ ਹੈ? ਅੱਛਾ ਬਟਨ ਲਾ, ਹੈ ਨਾ, ਇਹ ਬਟਨ ਕਹਿੰਦੇ ਲੱਗੇ ਹੋਣਗੇ। ਅੱਛਾ ਇੱਥੇ ਲੱਗਿਆ ਬੋਨ ਬਟਨ ਸੈਮੀ ਫਿਨਿਸ਼। ਅੱਛਾ ਹੱਡੀਆਂ ਤੋਂ ਬਣਾਏ ਬਟਨ ਆ, ਡਿਸਕਵਰ ਐਂਡ ਡਿਊਰਿੰਗ ਐਕਸੀਬਿਸ਼ਨ ਹੁੰਦਾ। ਅੱਛਾ ਜਦੋਂ ਉਹਨਾਂ ਨੇ ਕਾਸਲ ਦੀ ਵੇਲੇ ਉਦੋਂ ਉਹਨਾਂ ਨੇ ਹੱਡੀਆਂ ਦੇ ਆ ਬਣੇ ਆ ਬਟਨ, ਆ ਜਿਹੜੇ ਕੱਪੜਿਆਂ ਦੇ ਲੱਗਦੇ ਨਾ ਬਟਨ, ਹੱਡੀਆਂ ਤੋਂ ਬਣਾਏ ਆ ਕੱਟ ਕੱਟ ਕੇ। ਇੱਕ ਚੀਜ਼ ਮੈਂ ਨਾ ਹੁੰਦਾ ਕਿ ਪੁਰਾਣੇ ਵੇਲੇ 'ਚ ਜਿਹੜਾ ਇਨਸਾਨ ਸੀ ਨਾ ਉਹ ਇੱਦਾਂ ਬਾਹਰੋਂ ਮਰਦਾ ਸੀ, ਬਿਮਾਰੀਆਂ ਨਾਲ ਮਰਦਾ ਸੀ, ਲੜਾਈਆਂ ਨਾਲ ਮਰਦਾ ਸੀ। ਹੁਣ ਇਨਸਾਨ ਇੰਨਾ ਸੌਖਾ ਹੋ ਗਿਆ, ਹੁਣ ਸੈਲਫ ਡਿਸਟਰਕਸ਼ਨ ਆ, ਹੈ ਨਾ, ਹੁਣ ਅਸੀਂ ਉੱਦਾਂ ਹੀ ਮੈਂਟਲੀ ਬਿਮਾਰ ਹੋ ਜਾਂਦੇ ਹਾਂ, ਅਸੀਂ ਵੱਧ ਦੀਆਂ ਚੀਜ਼ਾਂ ਸੋਚ ਸੋਚ ਕੇ ਦਿਮਾਗ 'ਤੇ ਭਾਰ ਪਾਉਂਦੇ ਹਾਂ, ਹੁਣ ਅਸੀਂ ਸੈਲਫ ਡਿਸਟਰਕਸ਼ਨ ਜ਼ਿਆਦਾ ਹੁੰਦੀ ਆ। ਵੇਖੋ ਮਿੱਤਰੋ ਇਹ ਹੈਗਾ ਵਾ, ਇੱਥੇ ਲੱਭਿਆ ਵੀਲ ਕਾਰਟ ਅਰਾਊਂਡ 3200 ਬਿਫੋਰ ਕ੍ਰਾਈਸਟ, ਸੋ 52-53 ਸੌ ਸਾਲ, ਹੈ ਨਾ, 2000 ਇਹ ਹੋ ਗਿਆ, ਹਾਂ 52-53 ਸੌ ਸਾਲ ਪੁਰਾਣਾ ਵੀਲ ਕਾਰਟ ਹੈ। ਹਾਂ ਪੱਥਰ ਦੇ ਬਣੇ ਔਜ਼ਾਰ ਇਹ ਹੈਗੇ ਆ, ਕਹਿੰਦੇ 4500 to 2500 ਬਿਫੋਰ ਕ੍ਰਾਈਸਟ, ਇਹ ਵੀ ਜਾਣੀ ਕਿ 6000 to 4000 ਸਾਲ ਦਰਮਿਆਨ ਪੁਰਾਣੇ। ਇਹ ਆ ਗਈਆਂ ਰੋਮਨ ਕੁਆਇਨਸ, ਪਹਿਲਾਂ ਫੋਟੋਆਂ ਫਾਟੋਆਂ ਉਦੋਂ, ਹੈ ਨਾ, ਬਣਾਉਂਦੇ ਸੀ ਉੱਪਰ, ਹੈ ਨਾ, ਰਾਜੇ ਆਪਣੀਆਂ ਹੋਈਆਂ, ਜਿੱਦਾਂ ਹੁਣ ਵੀ ਆ ਉਹ ਇੰਗਲੈਂਡ ਦਾ, ਹੁਣ ਕੁਈਨ ਮਰ ਗਈ ਆ ਤਾਂ ਹੁਣ ਉਹਦੀਆਂ ਚਾਰਲਸ ਦੀਆਂ ਆ ਜਾਣੀਆਂ। ਦੀਵਾ ਮਿੱਟੀ ਦਾ ਬਣਿਆ ਆਇਲ ਲੈਂਪ, 4th century।
ਇਹ ਵੀ ਕਾਪੀ ਆ ਜਿਹੜੀ ਉਹਨਾਂ ਨੂੰ ਲੱਭਾ ਇਹ ਹੈਗਾ ਜੀ ਸੈਕਿੰਡ ਸੈਂਚਰੀ ਦਾ ਸੋ ਓਰੀਜਨਲ ਵਨ ਇੱਥੋਂ ਦੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪੱਥਰ ਦੀ ਘੜੀ ਹੋਈ ਹੈ ਜੀ ਪੱਥਰ ਦੀ ਆ ਨਾ ਇੱਕੋ ਸਿੰਗਲ ਪੀਸ ਦੀ ਬਣਾਈ ਆ ਕਿੰਨਾ ਮਿਹਨਤ ਕੀਤੀ ਤਰਾਸ਼ਣ ਆ ਘੜੀ ਪੇਂਟਿੰਗ ਹੈ ਬੜੀ ਖਤਰਨਾਕ ਅੱਛਾ ਓਕੇ ਇਹ ਮੈਨੂੰ ਲੱਗਿਆ ਵੀ ਮੌਤ ਤੋਂ ਬਾਅਦ ਲੈ ਕੇ ਜਾਣ ਡਿਆ ਹੈ ਨਾ ਰਾਜੇ ਰਾਣੀਆਂ ਦੀ ਉਹਨਾਂ ਦੀ ਅਦਾਲਤ ਲੱਗੀ ਪਈ ਆ ਉਹਨਾਂ ਨੂੰ ਹੱਥੋਂ ਫੜਿਆ ਵਾ ਕਿਉਂ ਉਹ ਪੇਸ਼ ਹੋ ਰਹੇ ਆ ਉੱਥੇ ਸਾਰੇ ਕੋਈ ਛੋਟੇ ਹੁੰਦਿਆਂ ਮਰ ਗਿਆ ਕੋਈ ਬੁੱਢਾ ਹੋ ਗਿਆ ਮਰਿਆ ਕੋਈ ਯੰਗ ਘੋੜਿਆਂ ਦੀਆਂ 15ਵੀਂ ਕੁ 17ਵੀਂ ਸਦੀ ਜਦੋਂ ਜਿਹੜੇ ਇਲਾਕੇ ਸਾਰੇ ਈਵਨ ਇਟਲੀ ਵਗੈਰਾ ਹੈ ਨਾ ਜਿਹੜਾ ਆਪਾਂ ਪਿੱਛੇ ਪਿੰਡ ਘੁੰਮ ਕੇ ਇਟਲੀ ਦੇ ਵਿੱਚ ਪਾਲਮਨੋਵਾ ਉੱਥੇ ਵੀ ਉਹਨਾਂ ਦੱਸਿਆ ਸੀ ਨਾ ਉੱਥੇ ਓਟੋਮੈਨ ਅੰਪਾਇਰ ਦੀ ਇਟਾਲੀਅਨ ਅਤੇ ਸਪੈਨਿਸ਼ ਆਰਮੀ ਨਾਲ ਜੰਗ ਹੋਈ ਸੀ ਜਿਹਦੇ ਵਿੱਚ ਇਟਾਲੀਅਨ ਅਤੇ ਸਪੈਨਿਸ਼ ਜਿੱਤ ਗਏ ਸੋ ਇੱਕ ਟਾਈਮ 'ਤੇ ਸਾਰਾ ਏਰੀਆ ਰੂਲਡ ਸੀ ਬਾਏ ਓਟੋਮੈਨ ਅੰਪਾਇਰ ਅਤੇ ਬਾਅਦ ਦੇ ਵਿੱਚ ਹੌਲੀ ਹੌਲੀ ਯੂਰਪੀਅਨਸ ਨੇ ਵਾਪਸ ਲਿਆ ਸੋ ਕ੍ਰਿਸਟੈਨਿਟੀ ਕਰਕੇ ਵੀ ਇੱਥੇ ਜਿਹੜੀ ਮੇਨ ਲੈਂਗੁਏਜ ਸੀ ਜਿਹੜੀ ਲੋਕਲ ਇਹਨਾਂ ਦੀ ਉਹਦੇ ਵਿੱਚ ਲਿਟਰੇਚਰ ਨਹੀਂ ਸੀ ਲਿਖਿਆ ਜਾ ਰਿਹਾ ਸੋ ਫਿਰ ਆੜੇ ਭਾਜੀ ਹੁਣਾਂ ਨੇ ਸਟਾਰਟ ਕੀਤਾ ਅਤੇ ਪਹਿਲਾਂ ਇੱਥੇ ਆ ਕਿੱਥੇ ਗਈ ਸਕੂਲ ਸਿਸਟਮ ਦੇ ਵਿੱਚ ਉਹਨਾਂ ਅਡਾਪਟ ਕੀਤਾ ਸਲੋਵੇਨੀਅਨ ਲੈਂਗੁਏਜ ਨੂੰ ਅਤੇ ਆ ਪਹਿਲੀ 1548 ਦੇ ਵਿੱਚ ਉਹਨਾਂ ਨੇ ਸਲੋਵੇਨੀਅਨ ਲੈਂਗੁਏਜ ਦੇ ਵਿੱਚ ਬੁੱਕਾਂ ਕਰਵਾਈਆਂ ਪ੍ਰਿੰਟ ਅਤੇ ਬਾਈਬਲ ਨੂੰ ਵੀ ਉਹਦੇ 'ਚ ਟ੍ਰਾਂਸਲੇਟ ਕਰਵਾਇਆ 1584 ਈਸਵੀ ਦੇ ਵਿੱਚ ਹੋਲੀ ਬਾਈਬਲ ਦੀ ਟ੍ਰਾਂਸਲੇਸ਼ਨ ਸਲੋਵੇਨੀਅਨ ਦੇ ਵਿੱਚ ਦੀ ਹੋਲੀ ਟ੍ਰੀਨਿਟੀ 1721 ਪਹਿਲਾਂ ਤੇ ਆ ਪੜੋ ਭਾਈ ਨੇ ਦੱਸਿਆ ਜੇ ਜਿਹੜੇ ਕਹਿੰਦੇ ਸਮੇਂ ਦੇ ਨਾਲ ਵਹਿੰਦੇ ਨਹੀਂ ਨਾ ਉਹ ਫਿਰ ਰੁੜ ਜਾਂਦੇ ਨੇ ਸੱਚੀ ਗੱਲ ਆ ਭਾਈ ਵਕਤ ਦੇ ਨਾਲ ਤਾਂ ਹੀ ਉਹ ਕਹਿੰਦੇ ਚੇਂਜ ਹੋ ਗਈ ਆ ਉਹ ਭਾਈ ਅਪਡੇਟ ਰਹੋ ਜਿੱਦਾਂ ਐਪਲੀਕੇਸ਼ਨ ਦੀ ਅਪਡੇਟ ਨਹੀਂ ਆ ਜਾਂਦੀ ਬੰਦੇ ਨੂੰ ਵੀ ਅਪਡੇਟ ਰਹਿਣਾ ਚਾਹੀਦਾ ਇਹ ਹੈ ਭਾਈ ਹੁਣ ਨੈਪੋਲੀਅਨ ਬੋਨਾਪਾਰਤੇ ਫ੍ਰੈਂਚ ਅੰਪਾਇਰ ਇਹਨਾਂ ਦੀਆਂ ਧੁੰਮਾਂ ਇਹਨਾਂ ਨੇ ਪਾਈਆਂ ਦੁਨੀਆਂ ਦੇ ਪੂਰੀਆਂ 19ਵੀਂ ਸਦੀ ਇਹ ਆ ਜੀ ਸਰਬਲੋ ਇਹ ਉਹ ਸਰਬਲੋ ਆ ਜਿਹ 'ਚ ਉਹਦਾ ਪੰਜਾਬੀ ਵਲੌਗਰ ਦਾ ਭਰਾ ਇਕੱਲਾ ਇਹ 'ਚ ਹੀ ਖਾਣਾ ਖਾਂਦਾ ਸੀ ਬਾਅਦ ਦੇ ਵਿੱਚ ਸਾਲਾ ਕੁਛ ਵੀ ਨਹੀਂ ਛੱਡਦਾ ਬਰਗਰ ਬੁਰਗਰ ਵੀ ਖਾਈ ਜਾਂਦਾ ਸੀ ਪਹਿਲਾਂ ਤਾਂ ਮੈਂ ਸਰਬਲੋ ਜੀ ਖਾਂਦਾ ਸੋ ਇਹ ਅਸਲ 'ਚ ਸਰਬਲੋ ਜੀ ਇਹ ਉਹ ਚੀਜ਼ਾਂ ਨਾ ਪੂਰੇ ਖਾਸ ਲੋਹੇ ਦੀਆਂ ਬਣੀਆਂ 1857 ਦੇ ਵਿੱਚ ਸੀਨ ਇੱਦਾਂ ਦੇ ਹੋਣਗੇ ਹੈ ਆ ਕੋਈ ਫਿਲਮ ਜੀ ਬਣੀ ਹੈ ਹਾਂ ਉਦੋਂ ਵੇਖ ਨਾ ਕਿੰਨਾ ਡਿਵੈਲਪ ਵੇ ਹੈ ਨਾ ਏਰੀਆ ਡਿਵੈਲਪਰ ਆ ਹੈ ਨਾ ਸ਼ੁਰੂ ਤੋਂ ਵੀਰ ਦੇ ਦੱਸਣ ਮੁਤਾਬਕ ਕਹਿੰਦਾ ਵੀ ਮੇਰੇ ਨਾਲ ਲੋਕ ਵਧੀਆ ਤਰੀਕੇ ਨਾਲ ਨਾਈਸ ਆਉਂਦੇ ਆ ਵੀ ਮੈਨੂੰ ਏਅਰਪੋਰਟ 'ਤੇ ਵੀ ਬੜਾ ਵਧੀਆ ਉਹਨਾਂ ਨੇ ਟ੍ਰੀਟ ਕੀਤਾ ਜਦੋਂ ਮੈਂ ਆਇਆ ਸੀ ਤਾਂ ਕਹਿੰਦਾ ਵੀ ਮੈਨੂੰ ਉਹਨਾਂ ਨੇ ਪੁੱਛਿਆ ਪਾਣੀ ਵਗੈਰਾ ਪੀਣਾ ਕੋਈ ਸ਼ਾਇਦ ਦੀ ਲੋੜ ਆ ਇੱਕ ਨਾ ਜਿਹੜੀਆਂ ਕੰਟਰੀਆਂ ਥੱਲੇ ਲੱਗੀਆਂ ਰਹੀਆਂ ਕਿਸੇ ਟਾਈਮ ਹੁਣ ਉੱਥੋਂ ਦੇ ਲੋਕ ਇੰਨੇ ਜ਼ਿਆਦਾ ਕੀ ਕਹਿ ਦਈਏ ਵੀ ਹੰਕਾਰੇ ਨਹੀਂ ਹੁੰਦੇ ਫੋਰ ਐਗਜ਼ਾਮਪਲ ਜਿੱਦਾਂ ਫ੍ਰੈਂਚ ਲੋਕ ਆ ਉਹ ਬੜੇ ਹੰਕਾਰੇ ਆ ਅਤੇ ਇਟਾਲੀਅਨ ਲੋਕ ਵੀ ਬਹੁਤ ਹੰਕਾਰੇ ਰਹਿੰਦੇ ਆ ਅਤੇ ਇਹਨਾਂ ਨੇ ਜਿਹੜੇ ਉੱਜੜ ਅੱਜੜ ਕੇ ਵੱਸੇ ਹੁੰਦੇ ਨਾ ਉਹ ਚੀਜ਼ਾਂ ਨੂੰ ਸਮਝਦੇ ਆ ਇਹ ਇੱਕ ਚੀਜ਼ ਹੁੰਦੀ ਆ ਮੁੱਕਣ ਦਾ ਨਾ ਹੀ ਨਹੀਂ ਆਉਂਦੀਆਂ ਪੌੜੀਆਂ ਹੀ ਰੁਕੇ ਤੁਹਾਨੂੰ ਹੋਣਾ ਕਿੱਥੇ ਉਹ ਥੱਲਿਓਂ ਤੁਰੇ ਹਾਂ ਹੈਂ ਇਹ ਵੀ ਭਰਾਵਾ ਤਾਂ ਹੀ ਜਿੰਨਾ ਚਿਰ ਲੱਤਾਂ ਗੋਡੇ ਚੱਲਦੇ ਆ ਉਨਾ ਚਿਰ ਇਹ ਚੀਜ਼ਾਂ ਵੇਖੀਆਂ ਜਾ ਸਕਦੀਆਂ ਬਾਅਦ 'ਚ ਕਿੱਥੋਂ ਪਹੁੰਚ ਗਿਆ ਜੀ ਉੱਪਰ ਓ ਵਾਓ ਬਿਊਟੀਫੁਲ ਯਾਰ ਇਹ ਆ ਜੀ ਲੁਬਲੀਆਨਾ ਕਿੰਨਾ ਸੋਹਣਾ ਸ਼ਹਿਰ ਆ ਹੈ ਨਾ ਆਪਾਂ ਉਹ ਉੱਥੇ ਫਿਰਦੇ ਸੀ ਜਦੋਂ ਮਰ ਹਾਂ ਉਹ ਸੈਂਟਰ ਪੁਆਇੰਟ ਆ ਨਾ ਉਹ ਉੱਥੇ ਆਪਾਂ ਮਿਲੇ ਸੀ ਉਹ ਉੱਥੇ ਆਪਾਂ ਚਾਹ ਪਾਣੀ ਪੀਤੀ ਆਪਣੀ ਉਹ ਨਹਿਰ ਦੇ ਕੰਢੇ ਕੰਢੇ ਪਤਾ ਹੈਗਾ ਨਾ ਤੁਰਦਾ ਤਾਂ ਸਾਈਕਲਿੰਗ ਦਾ ਬਾਕੀ ਮੈਂ ਮੋਟਾ ਬੰਦਾ ਨਹੀਂ ਵੇਖਿਆ ਸਾਈਕਲਿੰਗ ਬਹੁਤ ਜ਼ਿਆਦਾ ਕਰਦੇ ਨੇ ਲੋਕ ਗੱਡੀਆਂ ਨਾਲ ਜ਼ਿਆਦਾ ਸਾਈਕਲਿੰਗ ਕਰਦਾ ਵੀ ਥੋੜ੍ਹੀ ਬਹੁਤ ਚੜ੍ਹਾਈ ਉੱਤਰ ਜਿਹੇ ਨੇ ਪਹਾੜੀ ਆ ਕੰਟਰੀ ਆ ਨਾ ਆਪਾਂ ਲੋਕ ਤੁਰਨਾ ਛੱਡ ਗਏ ਤਾਂ ਇਹ ਤਾਂ
ਗੱਡੀ ਲੈ ਲਈ ਯੂਰਪ ਵਾਲੀ ਫਿਰ? ਹਾਂਜੀ ਹਾਂਜੀ। ਕਿੰਨੇ ਦੀ ਆਈ? ਉਹ ਆਈ ਹੈ ਜੀ ਆਪਣੀ 55 ਯੂਰੋ ਦੀ। 55 ਯੂਰੋ ਦੀ ਹੈ ਜਿਹੜੀ ਮੈਂ ਗੱਲ ਕਰਦਾ ਹਾਂ। ਕਈ ਆ ਦਿੰਦੇ ਨਾ ਵੀ ਇੰਡੀਆ ਤਾਂ ਸੋਚਿਆ ਮਹਿੰਗੀਆਂ ਕਾਰਾਂ ਲਵਾਂਗੇ, ਤੇ ਜਿਹੜੇ ਯੂਰਪ ਆਉਂਦੇ ਉਹ ਕੀ ਲੈਂਦੇ? ਸਾਈਕਲ। ਸਾਈਕਲ ਕਮਾਈ ਹੈ ਜਿਹੜੀ। ਇੰਡੀਆ ਸਾਨੂੰ ਛੱਡਿਆ ਨੂੰ ਸਾਈਕਲ ਤਾਂ 15 ਸਾਲ ਹੋ ਗਏ ਨੇ। 55 ਦਾ ਲਿਆ? ਹਾਂ 55 ਯੂਰੋ ਦਾ। ਵਧੀਆ ਸਹੀ। ਕਿਸ਼ਤ ਨਹੀਂ ਦੇਣੀ, ਕੋਈ ਇੰਸ਼ੋਰੈਂਸ ਨਹੀਂ ਦੇਣੀ, ਕੰਮ ਦਿੰਦੇ। ਇੱਕ ਇੱਥੇ ਸਾਈਕਲਿੰਗ ਠੀਕ ਆ ਯੂਰਪ ਦੇ ਵਿੱਚ, ਹੈ ਨਾ ਵੀ ਉੱਦਾਂ ਹੀ ਪ੍ਰਚਲਿਤ ਆ, ਕਿਤੇ ਥੋੜ੍ਹੀ ਜ਼ਿਆਦਾ ਕਿਤੇ ਘੱਟ ਆ। ਅਤੇ ਇੱਥੇ ਜਿਹੜੀ ਸਿਟੀ 'ਚ ਮੈਨੂੰ ਲੱਗੀ ਵੀ ਕਾਫੀ ਜ਼ਿਆਦਾ ਵਾ ਜਿੰਨੇ ਸਾਈਕਲ ਮੈਂ ਦੇਖੇ ਆ। ਅਤੇ ਵਧੀਆ ਵਾ ਮੋਡ ਆਫ ਟਰਾਂਸਪੋਰਟ ਸਿਟੀ 'ਚ ਜਾਣਾ, ਜਿੱਥੇ ਵਧੀਆ ਸਿਹਤ, ਪੈਸੇ ਦੀ ਬਚਤ, ਹੈ ਨਾ, ਟਾਈਮ ਦੀ। ਬਸ ਇਹ ਆ ਵੀ ਪਿੰਡ ਯਾਰ ਫੁਕਰੀ ਫਕਰੀ ਨਹੀਂ ਵੱਜਣੀ ਉਹ ਲੋਕਾਂ। ਭਾਅ ਜੀ ਫੁਕਰੀ ਤੁਸੀਂ ਏਅਰਪੋਰਟ 'ਤੇ ਛੱਡ ਕੇ ਆਓ ਜੀ, ਫੁਕਰੀ ਵਾਲੇ ਗੱਲ। ਅੱਛਾ ਉਹ ਏਅਰਪੋਰਟ 'ਤੇ ਛੱਡ ਆਈ ਹੈ? ਉੱਥੇ ਛੱਡ ਆਓ, ਫੁਕਰੀ ਨੂੰ ਨਹੀਂ ਲੋਕ ਚੱਲਦੇ, ਤੁਹਾਨੂੰ ਮਿੰਟ 'ਚ ਚੱਕ ਲੈਣਗੇ। ਨਹੀਂ ਯਾਰ, ਹਾਂ ਲੋੜ ਹੀ ਨਹੀਂ ਬੰਦੇ ਨੂੰ। ਕੀ ਕਹਿੰਦੇ ਹੁੰਦੇ ਆ, ਦਿਮਾਗ 'ਤੇ ਕੋਈ ਬੋਝ ਨਾ ਹੋਵੇ, ਉਹ ਡੀ ਉਹ ਚੀਜ਼ ਚਾਹੀਦੀ ਹੈ। ਹਾਂ ਬਸ ਮਿਹਨਤ ਜਿੰਨੇ ਕਰਨੀ ਉਹ ਆ ਸਕਦਾ ਇੱਥੇ। ਉਹ ਵਾਲੇ ਰੈਸਟੋਰੈਂਟ, ਉਹਨਾਂ ਦੇ ਟੈਰਿਸ ਕਿੱਡੇ ਹੀ ਸੋਹਣੇ ਆ ਯਾਰ, ਬਾਹਰਲੀ ਸਾਈਡ। ਆਹ ਚੂਹਾ ਪਤਾ ਨਹੀਂ ਇੱਥੋਂ ਦੀਆਂ ਲੋਕਲ ਕਹਾਣੀਆਂ ਦਾ ਹਿੱਸਾ ਹੀ ਆ ਸ਼ਾਇਦ, ਇਹਦੀਆਂ ਪੇਂਟਿੰਗਾਂ ਹੀ ਬਣਾਈਆਂ ਪਈਆਂ। ਨਾਲ ਥੋੜ੍ਹਾ ਬਦਲ ਲਿਆ, ਇੱਥੇ ਫਿਰ ਆ ਗਿਆ। ਉਹ ਵਧੀਆ ਜਿਹੜਾ ਐਂਡ 'ਤੇ ਉਹਨਾਂ ਨੇ ਆਪਾਂ ਵੇਖ ਕੇ ਆਏ ਹਾਂ ਸ਼ੋਅ ਜਿਹਾ ਟੀ ਵੀ 'ਤੇ, ਉਹ ਤੋਂ ਵਾਹਵਾ ਕੁਛ ਪਤਾ ਲੱਗ ਗਿਆ। ਸੋ ਕਹਿੰਦੇ ਵੀ ਇਹ ਜਿਹੜਾ ਸ਼ਹਿਰ ਅਲੂਬੀਆਂ ਨਾ, ਅਤੇ ਇੱਕ ਲੋਕ ਕਥਾਵਾਂ ਦੇ ਅਨੁਸਾਰ 10,000 ਸਾਲ ਪਹਿਲਾਂ ਇੱਥੇ ਇੱਕ ਡਰੈਗਨ ਰਹਿੰਦਾ ਹੁੰਦਾ ਸੀ, ਗ੍ਰੀਨ ਡਰੈਗਨ, ਅਤੇ ਜਿਹਨੂੰ ਮਾਰਿਆ ਹਰਾਇਆ ਇੱਥੋਂ ਦੇ ਇੱਕ ਬੰਦੇ ਨੇ ਜਿਹਦੇ ਨਾਂ ਸੀ ਸੈਂਟ ਜੋਰਜ, ਜਿਹਦੇ ਨਾਂ 'ਤੇ ਜਿਹੜੀ ਕਾਸਲ ਦਾ ਨਾਮ ਵੀ ਰੱਖਿਆ ਗਿਆ 11th century ਦੇ ਵਿੱਚ। ਅਤੇ ਜਿਹੜੇ ਸ਼ਹਿਰ ਦੇ ਕਹਿੰਦੇ ਵੀ ਜਿਹੜੇ ਜਿਹੜਾ ਨਾਮ ਜਿਹੜਾ ਕਾਗਜ਼ਾਂ ਦੇ ਵਿੱਚ ਮਿਲਦਾ ਵਾ, ਉਹ ਕੋਈ 11th century ਦੇ ਵਿੱਚ ਇਹੋ ਜਿਹਾ ਡਾਕੂਮੈਂਟ ਮਿਲਦਾ ਜਿਹਦੇ ਵਿੱਚ ਇਹਦਾ ਨਾਂ ਲੂਬੀਆਲੀਆਨਾ ਵਾਟਐਵਰ, ਹੈ ਨਾ, ਇਹੋ ਜਿਹਾ ਰੱਖਿਆ ਗਿਆ ਸੀ। ਅਤੇ ਇੱਥੇ ਬਥੇਰਾ ਕੁਛ ਹੋਇਆ, ਹੈ ਨਾ, ਉਹਨਾਂ ਨੇ ਪਹਿਲਾਂ ਤਾਂ ਵੀ ਉਹ ਹੀ ਇੱਕ ਜਿਹੜਾ ਆਪਾਂ ਚੱਕਾ ਜਿਹਾ ਵੇਖ ਕੇ ਆਏ ਹਾਂ, ਵੀਲ ਦੇਖ ਕੇ ਆਏ, ਹੈ ਨਾ, ਉਹਦੇ ਬਾਰੇ ਵੀ ਦੱਸਿਆ ਵੀ ਦੁਨੀਆ ਦੇ ਵਿੱਚ ਜਿਹੜਾ ਇੱਕ ਵੀਲ ਆ ਸਭ ਤੋਂ ਪੁਰਾਣਾ ਜਿਹੜਾ ਡਿਸਕਵਰ ਹੋਇਆ ਉਹ ਹੀ ਆ, ਵੀ ਜਿਹੜਾ ਅਰਾਊਂਡ 5,200-5,500 ਸਾਲ ਪੁਰਾਣਾ ਉਹ ਇੱਥੋਂ ਹੀ ਲੱਭਾ ਸੀ, ਕਿ ਉਹਦੇ ਟਾਈਮ ਲੋਕ ਵੀਲ ਵਰਤਦੇ ਸੀ, ਰੇਹੜੀ ਜੀ ਉਹਨਾਂ ਨੇ ਦਿਖਾਈ ਜਿਹੜੀ ਇੱਕ ਆਪਾਂ ਨੂੰ। ਅਤੇ ਉਸ ਤੋਂ ਇਲਾਵਾ ਬਾਅਦ 'ਚ ਫਿਰ ਉਹੀ ਸੈਟਲਮੈਂਟਾਂ ਰਹੀਆਂ ਇੱਥੇ, ਫਿਰ ਇੱਥੇ ਉਹ ਵੀ ਓਟੋਮਨ ਅੰਪਾਇਰ ਉਹ ਵੀ ਆਉਂਦੀ ਰਹੀ, ਉਹਨਾਂ ਦਾ ਵੀ ਉਹਨਾਂ ਨਾਲ ਵੀ ਲੜਾਈਆਂ ਹੁੰਦੀਆਂ ਰਹੀਆਂ। ਅਤੇ ਫਿਰ ਅਰਾਊਂਡ 1800 ਦੇ ਵਿੱਚ ਨਪੋਲੀਅਨ ਭਾਅ ਜੀ ਹੁਣੇ ਉਹ ਆ ਗਏ, ਉਹਨਾਂ ਨੇ ਇੱਥੇ ਆ ਕੇ ਇਹਨੂੰ ਇੱਕ ਜੇਲ੍ਹ ਦੇ ਵਿੱਚ ਤਬਦੀਲ ਕਰਤਾ, ਜਿੱਥੇ ਇਕੱਲੇ ਪ੍ਰਿਜ਼ਨਰ ਹੀ ਰੱਖੇ ਜਾਂਦੇ ਸੀ। ਸੋ ਬਾਅਦ ਦੇ ਵਿੱਚ World War I ਅਤੇ 2 ਵੇਲੇ ਵੀ ਇਹਦਾ ਇਹੀ ਰੋਲ ਰਿਹਾ ਮੇਨਲੀ, ਕਿ ਇੱਥੇ ਪ੍ਰਿਜ਼ਨਰ ਹੀ ਰੱਖੇ ਗਏ। ਅਤੇ ਇੱਕ ਇਹਨਾਂ ਦੇ ਭਾਊ ਨੇ, ਕਹਿੰਦੇ ਇੱਕ ਨੇ ਸਲਾਹ ਵੀ ਦਿੱਤੀ ਸੀ ਕਿ ਇਹਨੂੰ ਆਪਾਂ ਢਾ ਕੇ ਇਹਨੂੰ ਸਾਰੀ ਨੂੰ ਤਾਂ ਆਪਾਂ ਕੋਹੇ 'ਤੇ ਆਹ ਬਣਾ ਦਈਏ, ਪਰ ਬਾਅਦ ਦੇ ਵਿੱਚ ਉਹ ਪਲੈਨ ਉਹਨਾਂ ਨੇ ਕੈਂਸਲ ਕਰਤਾ। ਅਤੇ ਉਹਨਾਂ ਨੇ ਉਹੀ ਕਾਸਲ ਰੱਖੀ ਜਿਹੋ ਜਿਹੀ ਪੁਰਾਣੀ ਸੀ ਚੱਲੀ ਆਉਂਦੀ, ਤਾਂ ਹੁਣ ਇਹਨੂੰ ਹੀ ਇਹ ਮੇਨਟੇਨ ਕਰਕੇ ਰੱਖਦੇ ਆ। ਅਤੇ ਇੱਥੇ ਇਹਨਾਂ ਨੇ ਵਧੀਆ ਐਕਟੀਵਿਟੀਜ਼ ਬਣਾਈਆਂ, ਰੈਸਟੋਰੈਂਟ ਵਗੈਰਾ ਹੈਗੇ 2-3 ਇੱਥੇ। ਇੱਥੇ ਕਹਿੰਦੇ ਓਪਨ ਸਿਨੇਮਾ ਵੀ ਕਈ ਵਾਰੀ ਚਲਾਉਂਦੇ ਆ, ਜਿੱਥੇ ਲੋਕ ਸਾਰੇ ਆ ਕੇ ਫਿਲਮਾਂ ਵਗੈਰਾ ਰਾਤ ਨੂੰ ਵੇਖਦੇ ਆ। ਸੋ ਵਧੀਆ ਐਕਟੀਵਿਟੀ ਆ, ਗੁੱਡ। ਟਿਕਟ ਲੱਗਦੀ ਆ ਅਸਲ ਦੇ ਵਿੱਚ, ਜਿਹੜੀ ਵਿੱਚ ਜਿਹੜੀ ਗੈਲਰੀਜ਼ ਵਗੈਰਾ ਹੈਗੀਆਂ ਨਾ ਉਹਨਾਂ ਦੀ ਟਿਕਟ ਆ, ਅਤੇ ਆ ਇਨਫੋਰਮੇਸ਼ਨ ਦੀ ਇੱਥੋਂ ਤੱਕ ਤੁਸੀਂ ਫਰੀ ਆ ਸਕਦੇ ਆ। ਜੇ ਤੁਸੀਂ ਮੰਨ ਲਓ ਆ ਰੈਸਟੋਰੈਂਟ 'ਚ ਉੱਥੇ ਰੋਟੀ ਖਾਣੀ ਆ, ਜਾਂ ਇੱਥੇ ਕੌਫੀ ਪੀਣੀ ਆ, ਜਾਂ ਇੱਧਰਲੀ ਸਾਈਡ ਵਾਈਨ ਵਗੈਰਾ ਵਾਈਨ ਸ਼ੋਪ ਹੈਗੀ ਆ, ਵਾਈਨ ਟੇਸਟਿੰਗ, ਇੱਦਾਂ ਚੀਜ਼ਾਂ ਹੁੰਦੀਆਂ ਨਾ ਕਿ ਤੁਸੀਂ ਫਾਈਨਲੀ 1 ਜਾਂ 2 ਬੋਤਲਾਂ ਉਹਨਾਂ ਨੇ ਤੁਹਾਨੂੰ ਫਰੀ ਦੇਣੀਆਂ ਹੁੰਦੀਆਂ, ਉਹਨਾਂ ਨੇ ਪੈਸੇ ਲੈਣੇ ਹੁੰਦੇ ਤੁਹਾਡੇ ਕੋਲ, ਵੀ ਮੰਨ ਲਓ 25 ਯੂਰੋ ਲੈ ਲਏ, 30 ਯੂਰੋ ਲੈ ਲਏ, ਉਹਦੇ ਵਿੱਚ ਉਹਨਾਂ ਨੇ ਤੁਹਾਨੂੰ 5-7 ਤਰ੍ਹਾਂ ਦੀਆਂ ਵਾਈਨਾਂ ਟੇਸਟ ਕਰਾ ਦੇਣੀਆਂ, ਅਤੇ ਉਹਦੇ 'ਚ ਜਿਹੜੀਆਂ ਤੁਹਾਨੂੰ 2 ਪਸੰਦ ਆਈਆਂ ਉਹਦੀਆਂ ਬੋਤਲ ਤੁਸੀਂ ਲਿਜਾ ਸਕਦੇ ਨਾਲ। ਵਧੀਆ ਜਿਹੜੇ ਲੋਕ ਵਾਈਨ ਦੇ ਵਿੱਚ ਆ, ਖਾਸ ਕਰ ਇਹ ਗੋਰੇ ਗਾਰੇ ਜ਼ਿਆਦਾ ਪਸੰਦ ਕਰਦੇ ਵਾਈਨ ਨੂੰ, ਸੋ ਉਹਨਾਂ ਵਾਸਤੇ ਵਧੀਆ ਵਾ। ਹਾਂ ਕੁੜੀ ਨੂੰ ਪੁੱਛੀਏ ਚੂਹੇ ਦੀ ਕਹਾਣੀ, ਅਤੇ ਵੇਖਿਆ ਨਾ ਚੂਹੇ ਦੇ ਵੀ ਲੈਣਾ, ਇਹ ਕਹਿੰਦੇ ਵੀ ਜਦੋਂ ਇੱਥੇ ਕੈਦੀ ਰੱਖੇ ਜਾਂਦੇ ਸੀ ਨਾ, ਅਤੇ ਇਹ ਚੂਹਾ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਵੀ ਜਿਹੜਾ ਵੀ ਇੱਥੇ ਰਹਿੰਦਾ ਸੀ, ਉਹ ਕੈਦੀਆਂ ਦੇ ਨਾਲ ਘੁੰਮਦਾ ਫਿਰਦਾ ਸੀ ਨਾ, ਸਾਰਿਆਂ ਦੀਆਂ ਸਟੋਰੀਆਂ ਸੁਣਦਾ ਸੀ। ਸੋ ਇੱਕ ਇਹ ਲੈਜੈਂਡ ਆ ਇਹ ਚੂਹਾ, ਹੈ ਨਾ, ਵੀ ਪੁਰਾਣੇ ਟਾਈਮਾਂ ਦੇ ਵਿੱਚ, ਅਤੇ ਇਹਦਾ ਨਾਂ ਰੱਖਿਆ ਗਿਆ ਵਾ ਉਹਦੇ ਨਾਂ 'ਤੇ ਜਿਹਨੇ ਇਹ ਕਾਸਲ ਬਣਾਈ ਸੀ, ਉਹਦਾ ਫਰੈਡਰਿਕ। ਸੋ ਘੈਂਟ ਆ ਕਹਾਣੀ ਹੈ ਚੂਹੇ ਦੀ। ਸੋ ਇੱਕ ਆ ਮੈਂ ਛੱਲਾ ਲਿਆ ਵਾ,
ਉਹ ਉਹਨੇ ਪੈਕ ਜਿਹਾ ਕਰਕੇ ਦੇ ਦਿੱਤਾ ਅਤੇ ਦੋ ਪੋਸਟ ਕਾਰਡ ਲਾਏ ਆ, ਇੱਕ ਲਿਆ ਆੜ ਵਧੀਆ ਵਾ। ਆਈ ਨੀਡ ਏ ਸਿਕਸ ਮੰਥ ਵਕੇਸ਼ਨਸ ਟਵਾਈਸ ਏ ਈਅਰ, ਅਤੇ ਇੱਕ ਆ ਵਾਲਾ ਦੋ ਪੋਸਟ ਕਾਰਡ ਲਏ। ਸੋਰੀ ਜੇ ਤੁਸੀਂ ਬੋਰ ਹੋਏ, ਕਈਆਂ ਨੂੰ ਇਸ ਚੀਜ਼ ਬਹੁਤ ਬੋਰ ਹੀ ਲੱਗਦੀ ਹੈ। ਆਈ ਥਿੰਕ ਜਿਵੇਂ ਜਿਵੇਂ ਤੁਸੀਂ ਵੱਡੇ ਹੁੰਦੇ ਮੈਚਿਓਰ ਹੁੰਦੇ ਤੁਹਾਡਾ ਟੇਸਟ ਚੇਂਜ ਹੁੰਦਾ ਰਹਿੰਦਾ। ਕਿਤੇ ਬੰਦੇ ਨੂੰ ਬਸ ਬਰਫ ਡਿੱਗਦੀ ਸੋਹਣੀ ਲੱਗੀ ਜਾਂਦੀ ਰਹਿੰਦੀ ਹੈ, ਕਿਤੇ ਗੋਰੀਆਂ ਹੀ ਵੇਖ ਵੇਖ ਬੰਦਾ ਖੁਸ਼ ਹੋਈ ਜਾਂਦਾ ਰਹਿੰਦਾ, ਅਤੇ ਕਿਤੇ ਫਿਰ ਬੰਦੇ ਨੂੰ ਇਹੋ ਜਿਹੀਆਂ ਚੀਜ਼ਾਂ ਪੁਰਾਤਨ ਵੇਖਣੀਆਂ, ਇਹ ਆਪਣੇ ਆਪ ਹੀ ਟੇਸਟ ਚੇਂਜ ਹੁੰਦਾ ਰਹਿੰਦਾ ਹੈ ਨਾ। ਅਸੀਂ ਵੀ ਬੜੀਆਂ ਫੋਟੋਆਂ ਪਾਈਆਂ ਖਿੱਚ ਖਿੱਚ ਜਦੋਂ ਨਵੇਂ ਆਏ ਯੂਰਪ ਹੈ ਨਾ, ਹੋਈਆਂ ਥਾਵਾਂ ਤੋਂ ਮਹਿੰਗੀਆਂ ਕਾਰਾਂ ਦੇ ਅੱਗੇ ਖਲੋ ਖਲੋ ਕੇ ਹੈ ਨਾ, ਉਹ ਵੀ ਡਰ ਡਰ ਕੇ ਕਾਰ 'ਤੇ ਹੱਥ ਰੱਖਣਾ ਵੀ ਕਾਰ ਦਾ ਮਾਲਕ ਆ ਕੇ ਕਦੇ ਝਟਕੇ ਨਾ ਦੇਵੇ ਹੈ ਨਾ। ਸੋ ਉਹ ਕੰਮ ਆਪਾਂ ਸਾਰੇ ਹੀ ਕਰਦੇ ਹਾਂ, ਜਿਹੜੇ ਅੱਜ ਕੱਲ੍ਹ ਨਵੇਂ ਆਉਂਦੇ ਉਹ ਵੀ ਉਹ ਹੀ ਕੰਮ ਕਰਦੇ ਆ। ਫਿਰ ਹੌਲੀ ਹੌਲੀ ਬੰਦਾ ਮੈਚਿਓਰ ਹੋਈ ਜਾਂਦਾ ਰਹਿੰਦਾ ਹੈ ਨਾ। ਫਿਰ ਬੰਦਾ ਕਹਿੰਦਾ ਵੀ ਕਾਰਾਂ ਨੂੰ ਨਹੀਂ ਸਾਈਕਲ ਨਾਲ ਫੋਟੋ ਖਿਚਾਈਏ ਹੈ ਨਾ, ਵੀ ਸਾਈਕਲ ਕਿਤੇ ਸਾਈਕਲ ਲਈਏ ਰੈਂਟ 'ਤੇ, ਉਹ ਚੱਲੀਏ ਉੱਤੇ ਘੁੰਮਣ ਚੱਲੀਏ, ਉਹਦੇ 'ਤੇ ਫੋਟੋਆਂ ਖਿਚਾਈਏ। ਅਸੀਂ ਉਮਰ ਦੇ ਨਾਲ ਨਾਲ ਇਹ ਚੇਂਜਸ ਆਉਂਦੀਆਂ ਰਹਿੰਦੀਆਂ। ਸੋ ਇਹ ਸੀ ਇੱਥੋਂ ਦੀ ਕਾਸਲ ਦੀ ਵੀਡੀਓ ਟੋਟਲ, ਅਤੇ ਕੋਈ ਗਲਤੀ ਹੋ ਗਈ ਵੀ ਭੁੱਲ ਚੁੱਕ ਮਾਫ, ਤੂੰ ਵੀ ਬੜੀਆਂ ਗਾਲਾਂ ਕੱਢੀਆਂ ਵੀਡੀਓ ਦੇ ਵਿੱਚ, ਮਾਫੀ ਮੰਗ ਪਹਿਲਾਂ। ਮਾਫੀ ਜੀ ਬਹੁਤ ਬਹੁਤ ਭਾਊ ਸਿੱਧਾ ਵਾ ਹੋਇਆ, ਅਤੇ ਨਹੀਂ ਵਧੀਆ ਟਿਕਾਣੇ 'ਤੇ ਆ ਡਿੱਗਾ ਉਹਦਾ ਭਾਊ, ਬਚ ਗਿਆ ਪੈਸੇ ਭਾਵੇਂ ਤੂੰ ਬਹੁਤੇ ਲਾ ਬੈਠਾ ਪਰ ਸਹੀ ਥਾਂ 'ਤੇ ਡਿੱਗਾ। ਕੋਈ ਨਾ, ਚਲੋ ਰੱਬ ਤੈਨੂੰ ਤਰੱਕੀਆਂ ਬਖਸ਼ੇ ਭਰਾਵਾ, ਜਦੋਂ ਅਸੀਂ ਕਿਤੇ ਹੋਰ 4-5 ਸਾਲਾਂ ਨੂੰ ਮੁੜ ਕੇ ਆਈਏ ਉਦੋਂ ਤੇਰੇ ਬਿਜ਼ਨਸ ਆਪਣੇ ਹੋਣ, ਹੈਂ ਠੀਕ ਨਾ ਫਿਰ। ਚਲੋ ਓਕੇ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੋ ਦੇ ਵਾਸਤੇ ਰਹੋ।